ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਦੱਸ ਦਈਏ ਕਿ ਰਾਈਫਲ ਨੂੰ ਸਾਫ ਕਰਦਾ ਸੀ, ਅਚਾਨਕ ਗੋਲੀ ਚੱਲੀ ਜਿਸ ਦੇ ਨਾਲ ਇਸ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ। ਕਾਫੀ ਲੰਮਾ ਸਮਾਂ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਇਸ ਨੇ ਡਿਊਟੀ ਕੀਤੀ ਤਾਂ ਉਸ ਦੀ ਰਾਈਫਲ ਦੇ ਵਿੱਚੋਂ ਗੋਲੀ ਨਿਕਲੀ ਤੇ ਉਸ ਦੇ ਲੱਗੀ, ਮੌਤ ਹੋ ਗਈ। ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਹੈ। ਕਾਫੀ ਲੰਮੇ ਸਮੇਂ ਤੋਂ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਆਪਣੀ ਡਿਊਟੀ ਕਰਦੇ ਸੀ। ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ ਵਾਪਸ ਸਿਕਿਉਰਿਟੀ ਆ ਜਿਹੜੀ ਉਹ ਲਈ ਗਈ ਸੀ। ਫਿਲਹਾਲ ਮ੍ਰਿਤਕ ਪ੍ਰਭਜੋਤ ਸਿੰਘ ਹੁਣ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਤੈਨਾਤ ਸਨ। ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਰਹਿਣ ਵਾਲਾ ਮ੍ਰਿਤਕ ਪ੍ਰਭਜੋਤ ਆਪਣੇ ਪਿੱਛੇ 4 ਸਾਲ ਦੀ ਬੱਚੀ ਤੇ 1.5 ਸਾਲ ਦੇ ਬੱਚੇ ਨੂੰ ਛੱਡ ਗਿਆ। ਪਰਿਵਾਰ ਦੇ ਵਿੱਚ ਪ੍ਰਭਜੋਤ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ, ਰਾਈਫਲ ਸਾਫ ਕਰਦਾ ਸੀ ਤਾਂ ਅਚਾਨਕ ਗੋਲੀ ਚੱਲੀ ਜੋ ਕਿ ਪ੍ਰਭਜੋਤ ਸਿੰਘ ਦੇ ਹੀ ਲੱਗੀ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਕਾਫੀ ਸਮਾਂ ਗਨਮੈਨ ਵਜੋਂ ਡਿਊਟੀ ਕਰਦਾ ਰਿਹਾ ਸੀ ਤਾਂ ਇਸ ਦੀ ਮੌਤ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਮੱਖਣ ਸਿੰਘ, ਮੱਖਣ ਜੀ ਨੇ ਦੱਸੀ ਉਹਦਾ ਕੀ ਨਾਮ ਸੀ, ਤੁਹਾਡਾ ਕੀ ਨਾਮ ਹੈ? ਇਹ ਪ੍ਰਭਜੋਤ ਸਿੰਘ ਸੀ, ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀਗਾ। ਕੀ ਘਟਨਾ ਹੋਈ, ਕਿਸ ਤਰ੍ਹਾਂ ਵਾਪਰਿਆ ਸਰ ਤੁਹਾਨੂੰ? ਬਈ ਸਵੇਰ ਰੂਟੀਨ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀਗੇ। ਸਵੇਰੇ ਨਹਾ ਕੇ ਤਿਆਰ ਹੋ ਕੇ ਅਤੇ ਡਿਊਟੀ ਜਾਣ ਸਮੇਂ ਰਿਵਾਲਵਰ ਸਾਫ ਕਰਨ ਲੱਗਿਆ ਸੀਗਾ। ਰਿਵਾਲਵਰ ਸਾਫ ਕਰਦੇ ਅਚਾਨਕ ਕਿਤੇ ਪਿਸਟਲ 'ਤੇ ਜਿਹੜਾ ਉਹ ਚੱਲ ਗਿਆ ਅਤੇ ਮੌਕੇ ਦੇ ਇੱਥੋਂ। ਕਿੰਨੀ ਕੁ ਉਮਰ ਸੀ, ਕਦੋਂ ਕੁ ਭਰਤੀ ਹੋਇਆ ਸੀ? ਸ਼ਾਇਦ 16-17 ਦਾ ਭਰਤੀ ਹੈ ਬਾਈ, ਹੋ ਗਏ 10-12 ਸਾਲ ਹੋ ਗਏ ਭਰਤੀ ਹੋਏ। ਠੀਕ ਹੈ, ਪਰਿਵਾਰ ਦੀ ਗੱਲ ਕੀਤੀ ਜਾਵੇ, ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ? ਪਰਿਵਾਰ ਦੇ ਵਿੱਚ ਬਾਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ, ਬਹੁਤ ਸਮਾਂ ਪਹਿਲਾਂ ਤਾਂ ਡੈਡੀ ਪੁਲਿਸ ਸੀ, ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨਿਆਂ ਦਾ ਸੀਗਾ, ਬਾਕੀ ਕੁਛ ਰਹੇ ਨਹੀਂ, ਛੋਟੇ ਛੋਟੇ ਬੱਚੇ ਆ। ਕਿੰਨੇ ਜਵਾਕ ਸੀ? ਜਵਾਕ ਕਿੰਨੇ? ਇੱਕ ਬੇਟਾ ਇੱਕ ਬੇਟੀ ਆ। ਕਿੰਨੇ ਕਿੰਨੇ ਸਾਲ ਦੇ ਨੇ? ਬੇਟੀ 6 ਸਾਲ ਦੀ ਹੋਣੀ, ਤਰਕੀਬ ਬੇਟਾ 2-3 ਸਾਲ ਦਾ। ਜੇਕਰ ਗੱਲ ਕਰੀਏ ਵੀ ਪਰਿਵਾਰ ਦੇ ਵਿੱਚੋਂ ਕਮਾਉਣ ਨਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ? ਕਮਾਉਣ ਵਾਲਾ ਬਾਈ ਕੋਈ ਨਹੀਂ ਰਿਹਾ, ਇਹੀ ਸੀਗਾ ਸਾਰਾ। ਮਤਲਬ ਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਭਰੇ ਜਿਹੜੀ ਇਹਦੀ ਮਾਤਾ ਸੀ ਉਹ ਵਿਧਵਾ ਹੋ ਗਈ, ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ। ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਅਤੇ ਮਾਤਾ ਦੀ ਮਾਤਾ ਆ ਗਈ, ਮਾਮੀ ਆ ਘਰ, ਇਕੱਲਾ ਕਮਾਉਣ ਵਾਲਾ ਇਹੀ ਸੀਗਾ। ਸੁਭਾਅ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਸੁਭਾਅ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ, ਕਦੇ ਕਦੇ ਜਾਂਦੇ ਨੇ ਮਿਲਦਾ, ਕਿਸ ਤਰ੍ਹਾਂ ਸੁਭਾਅ? ਸੁਭਾਅ ਤੋਂ ਇੰਨਾ ਮਿਲਣਸਾਰ ਵਿਅਕਤੀ, ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਅਤੇ ਜਦੋਂ ਦਾ ਨੌਕਰੀ ਜੋਬ ਕਰੀ ਆ ਇੱਕੋ ਪਰਿਵਾਰ ਨਾਲ, ਸਿਆਸੀ ਪਰਿਵਾਰ ਨਾਲ ਬਤੌਰ ਗਨਮੈਨ ਗੁਜਰਿਆ, ਇੱਥੇ ਸੁਭਾਅ ਦਾ ਤਾਂ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਹਿਲਾਂ ਜਾਣ ਹੀ ਨਹੀਂ ਦਿੱਤਾ ਸੀਗਾ। ਯਾਨੀ ਕਿ ਲੌਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ। ਪਰਮਜੋਤ ਸਿੰਘ ਜੀ ਜਿਹੜੇ ਪੁਲਿਸ ਦੇ ਵਿੱਚ ਸਿਪਾਹੀ ਸੀ, ਮੇਰੇ ਲੰਮਾ ਸਮਾਂ ਮੇਰੇ ਨਾਲ ਗਨਮੈਨ ਤੌਰ 'ਤੇ ਉਹਨਾਂ ਨੇ ਸੇਵਾ ਕੀਤੀ ਹੈ। ਹਰ ਹੁਣੇ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਵਾਪਸ ਕਰਾ ਲਿਆ ਸੀ ਔਰ ਜਿਹੜੇ ਅੱਜ ਅਗਲੇ ਉਸ ਲੈਣ ਦੇ ਵੀ ਡਿਊਟੀ ਕਰ ਰਹੇ ਸੀ। ਸੋ ਅੱਜ ਸੁਬਹ ਹੀ ਕਰਕੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਗੋਲੀ ਜਿਹੜੀ ਹੈ ਸਿਰ ਵਿੱਚ ਲੱਗੀ ਹੈ ਔਰ ਇਹਦੇ ਨਾਲ ਉਹਦੀ ਮੌਤ ਹੋ ਗਈ ਹੈ। ਇਸ ਕਰਕੇ ਮੈਨੂੰ ਬਹੁਤ ਹੀ ਉਹਦਾ ਦੁੱਖ ਹੈ ਕਿਉਂਕਿ ਚਾਹੇ ਸਾਡਾ ਆਪਣਾ ਪਰਿਵਾਰ ਹੈ, ਸਾਡੇ ਨੌਜਵਾਨ ਵੀ ਸੀ, ਉਹ ਇਹਨਾਂ ਦੀ ਮਾਂ ਸਾਡੀ ਭੈਣ ਕਰਦੀ ਹੈ। ਸੋ ਇਸ ਕਰਕੇ ਸੁਭਾਅ ਇਹਨਾਂ ਦਾ ਬਹੁਤ ਵਧੀਆ ਸੀ, ਬਹੁਤ ਜਿੱਥੇ ਵੀ ਕਿਤੇ ਇਹਨਾਂ ਡਿਊਟੀ ਲਾਉਂਦੇ ਸੀ ਬੜੀ ਤਰਦਗੀ ਨਾਲ ਆਪਣੀ ਡਿਊਟੀ ਸਮਝ ਕੇ ਡਿਊਟੀ ਪੂਰੇ ਕਰਦਾ ਸੀ। ਇਹੋ ਜਿਹੇ ਦਾ
ਜਿਹੜੇ ਨੌਜਵਾਨ ਦਾ ਚਲੇ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੈ, ਪਰਿਵਾਰ ਲਈ ਤਾਂ ਵੱਡਾ ਦੁੱਖ ਹੈ ਹੀ ਹੈ ਕਿ ਬੱਚਾ ਵੀ ਬਹੁਤ ਛੋਟਾ ਹੈਗਾ ਸਾਡੇ ਪਰਿਵਾਰ ਵਿੱਚ, ਉਹਨਾਂ ਨੇ ਪਹਿਲਾਂ ਪਿਤਾ ਜੀ ਦੀ ਡੈਥ ਹੋ ਗਈ ਉਹਦੇ ਛੋਟੇ ਹੀ ਸਨ ਔਰ ਇਹਦੀ ਮਾਤਾ ਜੀ ਨੇ ਇਹਨੂੰ ਪਾਲਿਆ, ਹੁਣ ਜਿਹੜੇ ਪਰਿਵਾਰ ਦੇ ਵਿੱਚ ਹੀ ਬਹੁਤ ਬੁਰਾ ਦੁੱਖ ਹੋ ਗਿਆ, ਇਹਦੇ ਮਾਤਾ ਜੀ ਨੂੰ, ਇਹਦੀ ਪਤਨੀ ਨੂੰ, ਇੱਕ ਛੋਟਾ ਬੱਚਾ, ਇਹਨੇ ਸਾਰੇ ਮਿਲਣ ਵਾਲਿਆਂ ਨੂੰ ਬਹੁਤ ਹੀ ਵੱਡਾ ਦੁੱਖ ਹੈ ਕਿ ਜਿਹੜੀ ਘਟਨਾ ਵਾਪਰੀ ਹੈ। ਸੋ ਪਰਮਾਤਮਾ ਸਾਰੇ ਇਹਨਾਂ ਨੂੰ ਸਾਡਾ ਦੇ ਨਾਲ ਸੋਚੇ ਔਰ ਜਿਹੜਾ ਇੱਦਾਂ ਹੁੰਦਾ ਸਹਿ ਅਤੇ ਕਹਿ ਜਿਹੜਾ ਦੁੱਖ ਇਸ ਪਰਿਵਾਰ ਨੂੰ ਪਾਇਆ ਉਹ ਸਹਿਣ ਦੀ ਸ਼ਕਤੀ ਬਖਸ਼ੀ। ਸੋ ਉਹਨਾਂ ਨੂੰ ਆਪਣੇ ਦੇ ਸ਼ਰਧਾ ਭਗਵਾਨ ਜੀ ਭੇਟ ਕਰਦਾ। ਪਰਮਜੋਤ ਸਿੰਘ ਇਹਦਾ ਨਾਮ ਸੀ ਵੀਰੇ, ਅੱਛਾ ਜੀ, ਲੌਂਗੋਵਾਲ ਤੋਂ ਗਾਹੋਪੱਤੀ ਲੌਂਗੋਵਾਲ, ਅਤੇ ਇਹ ਆਪਣਾ ਇਹਦਾ ਰਿਵਾਲਵਰ ਸੀ ਸਰਕਾਰੀ, ਉਹਦੀ ਸਫਾਈ ਕਰਦਾ ਸੀ ਕਿਤੇ, ਕੁਦਰਤੀ ਰੌਂਦ ਵਿੱਚ ਰਹਿ ਗਿਆ, ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੈ? 174 ਦੀ ਕਾਰਵਾਈ ਹੈ। ਕੀ ਨਾਮ? ਪਰਮਜੋਤ ਸਿੰਘ। ਤੁਹਾਡਾ ਜੀ? ਮੇਰਾ ਨਾਮ ਰਘਵੀਰ ਸਿੰਘ ਹੈ, ASI ਲੌਂਗੋਵਾਲ। ਠੀਕ।